ਦਾ ਜਿਹੜਾ ਜਵਾਨ ਪੁੱਤ ਆ ਉਹ ਅੱਜ ਨਸ਼ੇ ਦੀ ਓਵਰਡੋਸ ਦੇ ਨਾਲ ਮਰ ਗਿਆ ਜੀ। ਚੀਕਾਂ ਤੁਸੀਂ ਸੁਣ ਰਹੇ ਜੇ ਔਰ ਮਾਂ ਲਈ ਆਪਾਂ ਦਰਦ ਜਿਹੜਾ ਵਾ ਉਹ ਕਿਤੇ ਨਾ ਕਿਤੇ ਸਮਝਣ ਦੀ ਲੋੜ ਹੈ। ਮਾਵਾਂ ਦੇ ਜਿਹੜੇ ਆ ਛਿਆਵਾਂ ਦਰਿਆ ਜਿਹੜਾ ਉਹ ਬੱਚੇ ਦੱਸ ਰਹੇ ਨੇ, ਬੱਚੇ ਜਾ ਰਹੇ ਨੇ ਅਤੇ भीम है जी फाउंडर भीम एक्शन कमेटी। मामला उही है जिहड़ा पंजाब दे विच छेवां दरिया वग रहा, बच्चे साढ़े मर रहे हैं और अज एक मंदभागी घटना हुई है। रंजीत एवेन्यू च खड़े हैं जी। 21 साल का जिहड़ा जवान पुत आ ਉਹ ਅੱਜ ਨਸ਼ੇ ਦੀ ਓਵਰਡੋਜ਼ ਦੇ ਨਾਲ ਮਰ ਗਿਆ ਜੀ। ਔਰ ਪਿਤਾ ਦੀਆਂ ਗੱਲਾਂ ਤੁਸੀਂ ਪਹਿਲੇ ਸ਼ੋਰਟਸ 'ਚ ਸੁਣੀਆਂ ਹੋਣਗੀਆਂ ਕਿ ਕਹਿ ਰਹੇ ਜੀ ਕਿ ਬਈ ਕਈ ਵਾਰ ਆਪਾਂ ਪੁਲਿਸ ਪ੍ਰਸ਼ਾਸਨ ਨੂੰ ਵੀ ਕਿਹਾ ਔਰ ਈਵਨ ਉਹ ਨਾਮ ਲੈ ਰਹੇ ਨੇ ਇਸ ਮੁਹੱਲੇ ਦੇ ਵਿੱਚ ਜਿਹੜੇ ਨਸ਼ੇ ਦੇ ਸੌਦਾਗਰ ਹੈਗੇ ਆ। ਈਵਨ ਹਲਕਾ ਵਿਧਾਇਕ ਨੂੰ ਵੀ ਇਸ ਚੀਜ਼ ਦੇ ਪਤਾ ਹੋਣ ਦੇ ਬਾਵਜੂਦ ਕੋਈ ਕਾਰਵਾਈਆਂ ਨਹੀਂ ਹੋਈਆਂ। ਅੱਜ ਇੱਕ ਹੋਰ ਸੁਪਨਾ ਜਿਹੜਾ ਵਾ ਜਵਾਨ ਸੁਪਨਾ ਉਹ ਉਦਾਂ ਹੀ ਜਾ ਰਿਹਾ ਵਾ ਔਰ ਮਾਪਿਆਂ ਦੇ ਸਭ ਤੋਂ ਵੱਡਾ ਬੋਝ ਹੁੰਦਾ, ਧਰਤੀ ਤੋਂ ਵੀ ਭਾਰਾ ਬੋਝ ਹੁੰਦਾ ਆਪਣੇ ਬੱਚਿਆਂ ਦੀਆਂ ਲਾਸ਼ਾਂ ਢੋਣੀਆਂ। ਔਰ ਲਗਾਤਾਰ ਇਹ ਜਿਹੜੀ ਮੰਦਭਾਗੀਆ ਘਟਨਾ ਗੁਰੂ ਨਗਰੀ ਅੰਮ੍ਰਿਤਸਰ 'ਚ ਭਗਵਾਨ ਵਾਲਮੀਕੀ ਤੀਰਥੀ ਨਗਰੀ ਅੰਮ੍ਰਿਤਸਰ ਦੇ ਵਿੱਚ ਲਗਾਤਾਰ ਹੋ ਰਹੀਆਂ, ਜਵਾਨੀ ਜਿਹੜੀ ਆ ਉਹ ਇੱਦਾਂ ਹੀ ਰੋੜੀ ਜਾ ਰਹੀ ਹੈ ਔਰ ਸਾਡਾ ਸਰਮਾਇਆ ਜਿਹੜਾ ਰੁੜ ਰਿਹਾ। ਔਰ ਇਹਨਾਂ ਦੀਆਂ ਅੱਜ ਚੀਕਾਂ ਸੁਣ ਕੇ ਪਤਾ ਲੱਗ ਰਿਹਾ ਕਿ ਪੁਲਿਸ ਪ੍ਰਸ਼ਾਸਨ ਨੂੰ ਕਾਫੀ ਦੇਰ ਤੋਂ ਮੱਲਾ ਨਿਵਾਸੀ ਕਹਿ ਰਹੇ ਨੇ ਪਰ ਕਿਸੇ ਦੇ ਸਿਰ 'ਤੇ ਜੂ ਨਹੀਂ ਰਹਿੰਦੀ। ਹੁਣ ਵੀ ਇਹ ਉਮੀਦ ਕਰਾਂਗੇ ਕਿ ਪੁਲਿਸ ਕਿਤੇ ਜਾਗੇ, ਜਿਨ੍ਹਾਂ ਦੀ ਨਸ਼ੇ ਦੇ ਤਸਕਰਾਂ ਦਾ ਨਾਮ ਲਿਆ ਜਾ ਰਿਹਾ ਉਹਨਾਂ 'ਤੇ ਕਾਰਵਾਈ ਹੋਵੇ, ਪਰ ਇਹਨਾਂ ਨੂੰ ਇਨਸਾਫ਼ ਕਿੱਦਾਂ ਮਿਲੇਗਾ ਇਹਦਾ ਕੋਈ ਨਾ ਕੋਈ ਲੱਭਣਾ ਪਏਗਾ। ਅਤੇ ਅੱਜ ਪੂਰੇ ਪਰਿਵਾਰ ਦੇ ਨਾਲ ਹਾਂ, ਜਥੇਬੰਦੀ ਤੌਰ 'ਤੇ ਵੀ ਨਾਲ ਹਾਂ ਔਰ ਸਿੰਪਤੀ ਪੂਰੀ ਤਰ੍ਹਾਂ ਹੈਗੀ ਆ ਔਰ ਆਪਾਂ ਸਮਝ ਸਕਦੇ ਹਾਂ ਕਿ ਕਿੰਨਾ ਵੱਡਾ ਕਹਿਰ ਜਿਹੜਾ ਵਾ, ਸੰਤਾਪ ਜਿਹੜਾ ਇਹਨਾਂ 'ਤੇ ਹੈਗਾ। ਚੀਕਾਂ ਤੁਸੀਂ ਸੁਣ ਰਹੇ ਜੇ ਔਰ ਮਾਂ ਲਈ ਆਪਾਂ ਦਰਦ ਜਿਹੜਾ ਵਾ ਉਹ ਕਿਤੇ ਨਾ ਕਿਤੇ ਸਮਝਣ ਦੀ ਲੋੜ ਹੈ। ਮਾਵਾਂ ਦੇ ਜਿਹੜੇ ਆ ਛਿਆਵਾਂ ਦਰਿਆ ਜਿਹੜਾ ਉਹ ਬੱਚੇ ਦੱਸ ਰਹੇ ਨੇ, ਬੱਚੇ ਜਾ ਰਹੇ ਨੇ। ਫਿਰ ਪੁਲਿਸ ਪ੍ਰਸ਼ਾਸਨ ਨੂੰ ਇਹੀ ਅਪੀਲ ਕਰਾਂਗੇ ਜਿਨ੍ਹਾਂ ਦਾ ਨਾਮ ਲਿਆ ਜਾ ਰਿਹਾ ਪਰਿਵਾਰ ਵੱਲੋਂ ਇਨਸਾਫ਼ ਮਿਲਣਾ ਚਾਹੀਦਾ, ਬਕਾਇਦਾ ਇਹਨਾਂ 'ਤੇ 302 ਦਾ ਪਰਚਾ ਜਿਹੜਾ ਵਾ ਦਰਜ ਹੋਣਾ ਚਾਹੀਦਾ। ਜੈ ਭੀਮ, ਜੈ ਸੰਵਿਧਾਨ।